ਕੰਨ ਕੱਟ ਕੇ ਜਦੋਂ ਇਹ ਨਿਕਲਦੀਆਂ ਨੇ ਤੇ ਚੜ੍ਹਦਾ ਰਸ ਰੂਲ ਲੋਕੋ ਇਸੇ ਦੇ ਨਾਲ ਆਪਾਂ ਪਹਿਲਾ ਰਾਉਂਡ ਸ਼ੁਰੂ ਕਰਾਂਗੇ ਜਿਹਦਾ ਨਾਮ ਹੈ ਕੈਟਵਾਕ ਰਾਉਂਡ ਦ ਮਿਸਿਸ ਐਂਡ ਮਿਸ ਨੂੰ ਰਿਕੁਐਸਟ ਕਰਾਂਗੇ ਕੈਟਵਾਕ ਰਾਉਂਡ ਲਈ ਰੈਡੀ ਹੋ ਜਾਓ ਥੈਂਕ ਯੂ ਐਂਡ ਉਸ ਤੋਂ ਪਹਿਲਾਂ ਮੈਂ ਇੱਕ ਥੈਂਕ ਯੂ ਕਰਨਾ ਚਾਹੁੰਦੀ ਹਾਂ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਸਪਾਂਸਰਸ ਦਾ ਤੁਸੀਂ ਬਹੁਤ ਵੱਡੀ ਤੁਹਾਡੀ ਸਪੋਰਟ ਦੇ ਨਾਲ ਇਹ ਸ਼ੋ ਸਕਸੈਸਫੁਲ ਹੋਇਆ ਐਂਡ ਨਾ ਲਾਸਟ ਬਟ ਨਾਟ ਦ ਲੀਸਟ ਸਾਰੇ ਪੇਰੈਂਟਸ ਦਾ ਜਿਹੜੇ ਮਿਸ ਹੈਗੇ ਆ ਉਹਨਾਂ ਦੇ ਮੋਮ ਡੈਡ ਉਹਨਾਂ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਅੱਗੇ ਆਉਣ ਲਈ ਇਨਕਰੇਜ ਕਰਦੇ ਆ ਉਹ ਆਉਂਦੇ ਆ ਐਂਡ ਜਿਹੜੇ ਮਿਸਿਸ ਹੈਗੇ ਆ ਉਹਨਾਂ ਦੇ ਹਸਬੈਂਡ ਉਹਨਾਂ ਦੇ ਇਨ ਲਾਸ ਜੇ ਉਹ ਹੈਲਪ ਨਾ ਕਰਨ ਤੋਂ ਉਹ ਕਦੇ ਵੀ ਅੱਗੇ ਨਹੀਂ ਆ ਸਕਦੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਆਪਣਾ ਸਾਰੇ ਆਪਣੀ ਆਪਣੀ ਸਪੋਰਟ ਕਰਦੇ ਆ ਇਸ ਕੈਂਪ ਲਈ ਸੋ ਤੁਸੀਂ ਆਪਣੇ ਸਾਰਿਆਂ ਲਈ ਪਲੀਜ਼ ਇੱਕ ਵਾਰ ਤਾੜੀਆਂ ਹੋ ਜਾਣ ਮੈਂ ਪਹਿਲਾਂ ਤੁਹਾਨੂੰ ਆਈ ਹਾਂ।
ਜੀ ਰੇਡੀਓ ਆਵਾਜ਼ ਫੇਸਬੁੱਕ ਲਾਈਵ 'ਤੇ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਮਿਸ ਐਂਡ ਮਿਸਿਸ ਪੰਜਾਬਣ 2017 ਦਾ ਲਾਈਵ, ਅਤੇ ਹੁਣੇ ਤੁਸੀਂ ਕੈਟ ਵਾਕ ਰਾਊਂਡ ਵੇਖਿਆ। ਇਸ ਤੋਂ ਬਾਅਦ ਅਗਲੇ ਜਿਸ ਹਿਸਾਬ ਨਾਲ ਉਹਨਾਂ ਨੇ ਸਕੈਜੂਲ ਕੀਤਾ ਹੋਊਗਾ, ਉਸ ਹਿਸਾਬ ਨਾਲ ਇਹਨਾਂ ਦੇ ਰਾਊਂਡ ਜਿਹੜੇ ਆ ਆਉਂਦੇ ਰਹਿਣਗੇ। ਸਪੈਸ਼ਲ ਚੀਜ਼ ਇਹ ਆ ਕਿ ਬੱਚਿਆਂ ਦਾ ਵੀ ਇਹਨਾਂ ਨੇ ਰੱਖਿਆ ਆ, ਛੋਟੇ ਛੋਟੇ ਬੱਚੇ ਅਤੇ ਛੋਟੇ ਛੋਟੇ ਮੁੰਡੇ, ਛੋਟੇ ਛੋਟੇ ਕੁੜੀਆਂ ਦਾ, ਅਤੇ ਉਹ ਵੀ ਰਾਊਂਡ ਤੁਹਾਨੂੰ ਦੇਖਣ ਨੂੰ ਮਿਲੇਗਾ। ਕੋਸ਼ਿਸ਼ ਕਰਾਂਗੇ ਕਿ ਸਾਰਾ ਤੁਹਾਨੂੰ ਲਾਈਵ ਵਿਖਾਇਆ ਜਾ ਸਕੇ। ਗੱਲਾਂ ਕਰੀਏ ਪਿਆਰ ਦੀਆਂ, ਦੋ ਆਪਾਂ
ਮੈਨੂੰ ਉਮੀਦ ਆ ਕਿ ਤੁਹਾਨੂੰ ਸਾਡੇ ਨਿੱਕੇ ਨਿੱਕੇ ਪਿਆਰੇ ਪਿਆਰੇ ਛੋਟੇ ਛੋਟੇ ਬੱਚਿਆਂ ਦੀ ਵਾਕ ਬਹੁਤ ਪਸੰਦ ਆਈ ਹੋਊਗੀ। ਸੋ ਹੁਣ ਵੇਲਾ ਹੋ ਗਿਆ ਹੈ ਕਿ ਇਹਨਾਂ ਨੂੰ ਥੋੜ੍ਹੀ ਐਪਰੀਸੀਏਸ਼ਨ ਅਵਾਰਡ ਦਿੱਤੇ ਜਾਣ, ਇਹਨਾਂ ਦਾ ਹੌਸਲਾ ਜਿਹੜਾ ਵਧਾਈ ਕੀਤਾ ਜਾਵੇ ਤਾਂ ਜੋ ਇਹ ਇੱਥੇ ਆਏ ਨੇ ਅਤੇ ਅੱਜ ਤੋਂ ਬਾਅਦ ਦੇ ਵਿੱਚ ਹੋਰ ਵੀ ਵੱਡੀਆਂ ਜਿਹੜੀਆਂ ਸਟੇਜਿਸ ਨੇ ਉਹਨਾਂ ਨੂੰ ਕਵਰ ਕਰ ਸਕਣ। ਸੋ ਸਭ ਤੋਂ ਪਹਿਲਾਂ ਯੁਵਰਾਜ ਕੰਗ, ਸਭ ਦਾ ਇੰਨੀ ਪੇਸ਼ੈਂਸ ਰੱਖਣ ਵਾਸਤੇ ਕਿਉਂਕਿ ਬੱਚਿਆਂ ਵਾਸਤੇ
एक बहुत ही प्यारा गबरू थोड़े सामने अपना लोक नाच भंगड़ा पेश कर जा रहा है और कुछ लाइना सानू चा बड़ा है सोनी पग बनने का लोग कहते करती कमाल मुंडिया सानू पग तो प्यारी और कोई चीज ना क्योंकि पग नाल कैम सरदारी होंगी क्योंकि पग नाल कैम सरदारी होंगी Thank you.
ਜ਼ੋਰ ਦਾਰ ਤਾੜੀਆਂ ਬੱਚੇ ਦੇ ਇਸ ਪਰਫਾਰਮੈਂਸ ਦੇ ਲਈ। Bye.
ਜ਼ਿਆਦਾ ਸਪੋਰਟ ਕੀਤਾ ਇਸ ਸੌਂਗ ਨੂੰ ਆਈ ਥਿੰਕ ਓਵਰ ਮਿਲੀਅਨ ਵਿਊਜ਼ ਦੇ ਦਿੱਤੇ ਫੇਸਬੁੱਕ 'ਤੇ ਸਾਰਿਆਂ ਨੇ ਕੀਤੇ ਆ ਸੋ ਇੱਕ ਵਾਰ ਸਾਰੀ ਪੂਰੀ ਟੀਮ ਦਾ ਥੈਂਕਸ ਸੁਰਜੀਤ ਜਿਲੋਂ ਭਾਅ ਜੀ ਭੈਣ ਦਾ ਥੈਂਕਸ ਸਾਡਾ ਸਾਰਿਆਂ ਦਾ ਥੈਂਕਸ ਥੈਂਕ ਯੂ ਸੋ ਮੱਚ ਹੈਵ ਫਨ ਜ਼ੋਰਦਾਰ ਤਾੜੀਆਂ ਰਾਤ ਭਾਅ ਜੀ ਗੱਲ ਜ਼ੋਰਦਾਰ ਵਿਨੀਪੈਗ ਦਾ ਲੋਕਲ ਟੈਲੈਂਟ ਹੈ ਅਤੇ ਆਪਾਂ ਇਹਨਾਂ ਨੂੰ ਪ੍ਰਮੋਟ ਕਰਨਾ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਲਾਓ ਭਾਅ ਜੀ ਪਰਫਾਰਮ ਕਰਦੇ ਹੁਣ ਆਪਾਂ ਅਗਲਾ ਰਾਊਂਡ ਸ਼ੁਰੂ ਕਰਾਂਗੇ ਜਿਹਦਾ ਨਾਮ ਹੈ ਟੈਲੈਂਟ ਰਾਊਂਡ ਲੇਡੀਜ਼ ਪਿੱਛੇ ਰੈਡੀ ਹੋ ਰਹੀਆਂ ਨੇ ਅਤੇ ਇੱਕ ਮਿੰਟ ਹੋਰ ਖੂਨ ਪੰਜਾਬੀ ਗੈਰਤ ਵਾਲਾ ਵਿੱਚ ਲਗਾ ਦੇ ਚੱਲੇ ਜੁੱਤੀ ਉੱਤੇ ਲਾਗੇ ਘੁਗਰੂ ਹੱਥੀ ਪਾ ਕੇ ਛੱਲੇ ਤੋੜ ਮਰਗ ਦੀ ਤੁਰਦੀਆਂ ਨੇ ਜਦੋਂ ਕਰਾਉਂਦੀਆਂ ਪੱਲੇ ਪੱਲੇ ਸਿੱਖਾਂ ਜੱਟੀਆਂ ਦਾ ਵਿਨੀਪੈਗ ਵਿੱਚ ਚੱਲੇ ਸੋ ਪਲੀਜ਼ ਗਿਵ ਅ ਰਾਊਂਡ ਆਫ ਅਪਲੌਸ ਸਾਡੀਆਂ ਮਿਸ ਪੰਜਾਬਣ ਵਾਸਤੇ ਸੋ ਆਪਣਾ ਟੈਲੈਂਟ ਰਾਊਂਡ ਲੈ ਕੇ ਆ ਰਹੀਆਂ ਨੇ ਸਾਡੇ ਵਾਸਤੇ ਸੋ ਪਲੀਜ਼ ਗਿਵ ਦਮ ਰਾਊਂਡ ਆਫ ਅਪਲੌਸ ਥੈਂਕ ਯੂ ਕਰਾਂਗੇ ਆਪਾਂ ਆਪਣੇ ਨਾਲ ਵਜਾਉਂਦੇ ਗਿਟਾਰ ਤੁਹਾਨੂੰ
ਆਰਟਿਸਟ ਬੰਦਾ ਲੱਭ ਲੈਂਦਾ ਤੇ ਉਹ ਕਹਿੰਦੇ ਸੀ ਅਸੀਂ ਕੀਬੋਰਡ ਵਾਲਾ ਲੱਭ ਦੀ ਮੈਂ ਗਿਟਾਰ ਵਾਲਾ ਲੱਭਦਾ ਸੀ ਮੈਂ ਆ ਜਾ ਕਰੋ ਘਰੇ ਆਵਾਜ਼ ਠੀਕ ਆ ਰਹੀ ਸੀ ਬਹੁਤ ਵਧੀਆ ਹਾਲ ਦੇ ਵਿੱਚ ਔਖੀ ਹੁੰਦੀ ਹੈ ਸੈਟਅਪ ਸਾਊਂਡ ਬਹੁਤ ਵਧੀਆ ਉਹ ਬਾਡੀ ਲੈਂਗੁਏਜ ਕਮਾਲ ਦੀ ਹਾਂ ਮਾਈ ਗੱਲ ਕਦੀ ਕਦੀ ਦੂਜੇ ਕੱਪੜੇ ਪਾਏ ਹੁੰਦੇ ਨਾ ਭਾਈ ਮਜ਼ਾ ਆਇਆ ਇਹ ਪੈਂਟ ਪਾ ਕੇ ਨਾ ਆਰਡਰ ਜਿਹੜਾ ਜਦੋਂ ਕੁਰਤਾ ਪਜਾਮਾ ਪਾਇਆ ਆਇਆ ਤਾਂ ਸ਼ਾਰ ਉਹ ਫਿਰ ਪੂਰਾ ਜਿਹੜੀ ਗੱਲਬਾਤ ਹੀ ਸੁਣ ਰਹੇ ਹਾਂ ਹੁਣ ਗੁਪਤਾ ਜੀ ਦੀ ਗੱਲਬਾਤ ਹੋ ਰਹੀ ਆ ਪਰਵਿੰਦਰ ਪੁਖਰਾਜ ਭਾਈ ਆ ਜਿਹੜੇ ਹੁਣੇ ਪਰਫੋਰਮ ਕਰਕੇ ਆਏ ਅਤੇ ਅਗਲੀ ਪਰਫੋਰਮੈਂਸ ਆ ਦਿਲਪ੍ਰੀਤ ਕੌਰ ਦੀ ਵਿਆਹ ਕਰੇ ਤਾਂ ਤੇਰੀ ਬੜੀ ਪੁੱਛ ਲੱਗਦੀ ਆ
Lali, nili, nili, pili, nili, lali, nili,
ਜੇ ਕੋਈ ਹੋਰ ਵੀ ਤੁਹਾਨੂੰ ਲੱਗਦਾ ਤੁਸੀਂ ਕਹਿ ਸਕਦੇ ਹੋ ਤਾਂ ਕਹਿ ਸਕਦੇ ਹੋ ਤੁਸੀਂ ਇੱਧਰ ਕੌਣ ਓਕੇ ਹਾਂਜੀ ਤੁਸੀਂ ਪਲੀਜ਼ ਆਪਣਾ ਨਾਮ ਦੱਸੋ ਪਹਿਲਾਂ ਹਾਂਜੀ ਮੈਂ ਉਹ ਪੇਪਰ ਤਿਆਰ ਸ਼ਾਨ ਗਈ ਦੁਨੀਆ ਇਹ ਜਾਣ ਉਹਦੀਆਂ ਸਲਾਮਾਂ ਜਿਹੜੇ ਪਾਸੇ ਚੱਕੀ ਜਾਂਦੇ ਆ ਫੱਟੇ ਚੱਕੀ ਜਾਂਦੇ ਆ ਜੀ ਫੱਟੇ ਚੱਕੀ ਜਾਂਦੇ ਆ ਥੈਂਕ ਯੂ ਸੋ ਮਚ ਸੁਮੀਤ ਕੋਈ ਆਪ ਵਨ ਮੋਰ ਪਰਸਨ ਸੋ ਟ੍ਰਾਈ ਕਰਨਾ ਚਾਹੁੰਦੇ ਆ ਸਿਕੰਦਰ ਪੜਿਆ ਮੈਂ ਐਕਚੁਲੀ ਪਿਛਲੀ ਵਾਰੀ ਭੁੱਲ ਗਿਆ ਸੀ ਤੇ ਹੁਣ ਮੈਂ ਇੱਕ ਵਾਰ ਫਿਰ ਟ੍ਰਾਈ ਕਰ ਰਿਹਾ ਲਾਲੀ ਨੀਲੀ ਲੀ ਪੀਲੀ ਲੀ ਲਾਲੀ ਨੀਲੀ ਲੀ ਪੀਲੀ ਲੀ ਲਾਲੀ ਨੀਲੀ ਲੀ ਪੀਲੀ ਲੀ ਲਾਲੀ ਨੀਲੀ ਲੀ ਪੀਲੀ ਲਾਲੀ ਨੀਲੀ ਲੀ ਪੀਲੀ ਲਾਲੀ ਨੀਲੀ ਲੀ ਪੀਲੀ ਲਾਲੀ ਮੇਰੀ ਰੂਹ ਵਿੱਚ ਮੇਰਾ ਪੰਜਾਬ ਵਸਦਾ ਮੇਰੀਆਂ ਅੱਖਾਂ ਵਿੱਚ ਉਸਦਾ ਦੀਦਾਰ ਵਸਦਾ ਰੱਬ ਕਰੇ ਹਰ ਵਕਤ ਰਹੇ ਤੁਹਾਡੇ ਸਾਰਿਆਂ ਦਾ ਸਾਡੇ ਦਿਲ ਵਿੱਚ ਪਿਆਰ ਵਸਦਾ ਇਸ ਪਿਆਰ ਦੇ ਸਦਕੇ ਮੈਂ ਤੁਹਾਨੂੰ ਇੱਕ ਪਰਫਾਰਮੈਂਸ ਦੇਣਾ ਲੈ ਕੇ ਆ ਰਿਹਾ ਪਿਛਲੇ ਚੰਦ ਦੋ ਮਹੀਨੇ ਬਹੁਤ ਮਿਹਨਤ ਕੀਤੀ ਮਿਹਨਤ ਕਰਦੇ ਕਰਦੇ ਇਹਨਾਂ ਦਾ ਇੱਕ ਵੱਖਰਾ ਪਿਆਰ ਬਣ ਚੁੱਕਿਆ ਆਪਸ ਦੇ ਵਿੱਚ ਹਾਂਜੀ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਹਾਂ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਹਾਂ ਪਰ ਸਟਿਲ ਇੱਕ ਦੂਸਰੇ ਦੀ ਹੈਲਪ ਕਰਕੇ ਇਹਨਾਂ ਨੇ ਇੱਕ ਦੂਜੇ ਨੂੰ ਵੱਧ ਤੋਂ ਵੱਧ ਸਹਾਰਾ ਦਿੱਤਾ ਇੱਕ ਲੜਕੀ ਨੂੰ ਜੇ ਨਹੀਂ ਕੁਛ ਵੀ ਆਉਂਦਾ ਸੀ ਸੋ ਇਹਨਾਂ ਦੇ ਵਿੱਚ ਬਹੁਤ ਹੀ ਪਿਆਰਾ ਇੱਕ ਬੌਂਡ ਬਣ ਚੁੱਕਿਆ ਤੇ ਉਸ ਦੀ ਝਲਕ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਪਲੀਜ਼ ਗਿਵ ਅਪ ਅ ਰਾਊਂਡ ਆਫ ਅਪਲੌਜ਼ ਥੈਂਕ ਯੂ ਐਂਡ ਦੇ ਆਰ ਮਿਸ ਐਂਡ ਮਿਸਿਸ ਟੁਗੇਦਰ ਮੈਂ ਤੁਹਾਨੂੰ ਬਤਾਉਂਦਾ ਹਾਂ
ਦੇ ਲਾਸਟ ਈਅਰ ਦੇ ਮਿਸ ਦੇ ਵਿਨਰ ਇੱਕ ਤੁਹਾਡੇ ਲਈ ਪਰਫਾਰਮੈਂਸ ਲੈ ਕੇ ਆ ਰਿਹਾ ਸੁਖਦੀਪ ਕੰਜ ਪਲੀਜ਼ ਗਿਵ ਅ ਰਾਊਂਡ ਆਫ ਅਪਲੌਸ
ਇੰਨਾ ਸੋਹਣਾ ਗਾਣਾ ਗਾਇਆ। ਸੋ ਅੱਗੇ ਪ੍ਰੋਗਰਾਮ ਵਧਾਉਂਦੇ ਹੋਏ ਬਟ ਇੱਕ ਛੋਟਾ ਜਿਹਾ ਸਾਡਾ ਰਿਕੁਐਸਟ ਹੈਗੀ ਸਾਡੇ ਲਾਸਟ ਈਅਰ ਦੇ ਮਿਸਿਸ ਵਿਨਰ ਕੁਲਜੀਤ ਸਿੱਧੂ ਦੀ, ਉਹ ਤੁਹਾਡੇ ਲਈ ਚਾਰ ਲਾਈਨਾਂ ਗਾਉਣਾ ਚਾਹੁੰਦੇ ਹਾਂ। ਉਸ ਤੋਂ ਅੱਗੇ ਫਿਰ ਆਪਾਂ ਪ੍ਰੋਗਰਾਮ ਵਧਾਉਂਦੇ ਹਾਂ। ਥੈਂਕ ਯੂ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜਾ ਮੈਂ ਚਾਰ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਇਹ ਵੈਸੇ ਤਾਂ ਉਹਨਾਂ ਕੁੜੀਆਂ ਲਈ ਨੇ ਜਿਹੜੀਆਂ ਡੋਲੀ 'ਚ ਬੈਠ ਕੇ ਪੇਕਿਆਂ ਤੋਂ ਸਹੁਰੇ ਘਰੇ ਜਾਂਦੀਆਂ ਨੇ, ਪਰ ਜਿਵੇਂ ਆਪਾਂ ਹੁਣ ਪ੍ਰਦੇਸ਼ਾਂ ਵਿੱਚ ਵੇਖਦੇ ਹਾਂ ਕਿ ਕਈ ਕੁੜੀਆਂ ਸਟੱਡੀ ਬੇਸ 'ਤੇ, ਇੱਥੇ ਆਪਾਂ ਬਹੁਤ ਸਾਰੀਆਂ ਦੇਖਦੇ ਹਾਂ ਮਿਸ ਵੀ ਨੇ, ਤਾਂ ਉਹਨਾਂ ਉਹ ਵੀ ਆਪਣੇ ਪੇਰੈਂਟਸ ਨੂੰ ਓਨਾ ਹੀ ਮਿਸ ਕਰਦੇ, ਤਾਂ ਸਾਰੀਆਂ ਹੀ ਮਿਸ ਅਤੇ ਮਿਸਿਸ ਜਿੰਨੀਆਂ ਵੀ ਇੱਥੇ ਬੈਠੀਆਂ ਨੇ ਜਾਂ ਜੋ ਪਿੱਛੇ ਬੈਕ ਸਟੇਜ 'ਤੇ ਨੇ ਉਹਨਾਂ ਲਈ ਨੇ। ਤਾਂ ਹਾਂਜੀ ਮੈਂ ਤੁਹਾਨੂੰ ਸ਼ੁਰੂ ਕਰਨ ਜਾ ਰਹੀ ਹਾਂ। ਮੈਂ ਰਹਿਣੀ ਆ ਤਿੜਕਾਂ ਵਿੱਚ ਸਿੱਧਾ ਲਿਆ ਪੱਤੇ।
ਸਰਦੀਪ ਪਟਾਨੀ ਇਹਨਾਂ ਨੂੰ ਬੋਲੀ ਪਾਉਣ ਦੀ ਜ਼ਿਆਦਾ ਕਾੜੀ ਸੀ ਦੋ ਬੋਲੀਆਂ ਚੱਕੀਆਂ ਸੀ ਅਤੇ ਹੁਣ ਤੁਸੀਂ ਬੋਲੀ ਪਾਉਣੀ ਆ ਪਿੱਪਲ ਪੱਤੀਆਂ ਦੀ ਮੇਰਾ ਨਾਮ ਨਵਦੀਪ ਪਟਾਨੀ ਮੈਂ ਵਿਨੀਪੈਗ ਦੀ ਚਾਂਬਾਨ ਹਾਂ ਅਤੇ ਮੈਨੂੰ ਸਸਤਾ ਜੀ ਨੂੰ ਮੈਂ ਤਾਂ ਬਹੁਤ ਸਤਿ ਸ਼੍ਰੀ ਅਕਾਲ ਜੀ ਆਇਆ ਮੈਨੂੰ ਕੰਨਾ ਦੇਵਜ ਪਿੱਪਲ ਪੱਤੀਆਂ ਕੰਨਾ ਦੇਵਜ ਪਿੱਪਲ ਪੱਤੀਆਂ ਪੈਰੀ ਚਾਂਦੀ ਕੰਨੀ ਨਿਮਰ ਨਚਲੇ ਪਟੋਲਾ ਤੁਸੀਂ ਬੋਲੇ ਪਾਉਣੇ ਆ ਜੀ ਕੀ ਹੋਣਾ ਪਤਾ ਚੱਲ ਮੈਨੂੰ ਦੱਸ ਦਿੰਦੀ ਹਾਂ
टिक्का मिलता मैंने
ਪਰ ਮੌਕੇ ਅਨੁਸਾਰ ਤੁਸੀਂ ਆਪਣਾ ਆਪਦੀ ਭੁੱਖ ਅਨੁਸਾਰ ਖਾਓ, ਵੱਧ ਵੀ ਖਾ ਸਕਦੇ ਹੋ, ਕੋਈ ਰੋਕ ਨਹੀਂ ਹੈਗੀ। ਤੇ ਅੱਜ ਹੁਣ ਮੈਂ ਜੈਸਮੀਨ ਜੀ ਨੂੰ ਇਨਵਾਈਟ ਕਰਾਂਗੀ ਕਿ ਉਹ ਆਪਣੀ ਸਟੇਜ ਨੂੰ ਸੰਭਾਲ ਲੈਣ, ਤੇ ਤੁਹਾਡਾ ਸਾਰਾ ਦਾ ਧੰਨਵਾਦ ਕਿ ਤੁਸੀਂ ਮੈਨੂੰ ਵੀ ਸੁਣਿਆ ਤੇ ਮੈਨੂੰ ਇੰਨਾ ਮਾਣ ਦਿੱਤਾ। ਥੈਂਕ ਯੂ ਜੀ। ਹਾਂਜੀ, ਨਾ ਸਾਡੇ ਟੀਮ ਮੈਂਬਰਸ ਇਹਨਾਂ ਕੋਲ ਚਿੱਟਸ ਲੈ ਕੇ ਜਾਣਗੇ ਜਿਹਨਾਂ ਦੇ ਵਿੱਚ ਜੱਜਿਸ ਦੇ ਨੇਮ ਹੋਣਗੇ। ਸੋ ਵਨ ਬਾਏ ਵਨ ਉਹ ਇੱਕ ਚਿੱਟ ਨਿਕਾਲਣਗੇ, ਉਹਨਾਂ ਦੇ ਵਿੱਚ ਜੱਜਿਸ ਦੇ ਨੇਮ ਹੋਣਗੇ। ਸੋ ਉਹ ਵਾਲੇ ਜੱਜ ਉਹਨਾਂ ਨੂੰ ਕੁਐਸਚਨ ਪੁੱਛਣਗੇ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਬਹੁਤ ਵਧੀਆ ਕੰਪੀਟੀਸ਼ਨ ਸੀਗਾ ਔਰ ਬਹੁਤ ਹੌਸਲੇ ਨਾਲ ਤੁਸੀਂ ਸਾਰਿਆਂ ਨੇ ਇਹਨੂੰ ਜਿਹੜਾ ਕੀਤਾ, ਔਰ ਆਡੀਅੰਸ ਦਾ ਧੰਨਵਾਦ ਜਿਹਨੇ ਪਹੁੰਚ ਕੇ ਔਰ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਸੋ ਸਵਾਲ ਹੈ ਜੀ ਕਿ ਤੁਹਾਡੇ ਲਈ ਜਿਹੜੀ ਸਫਲਤਾ ਹੈ ਉਹਦੀ ਕੀ ਮਹੱਤਤਾ ਹੈ? ਮੇਰੇ ਲਈ ਸਫਲਤਾ ਉਸ ਦਿਨ ਹੋਵੇਗੀ ਜਿਸ ਦਿਨ ਮੇਰੇ ਮਾਂ ਪਿਓ ਮੈਨੂੰ ਸ਼ਾਬਾਸ਼ ਦੇ ਕੇ ਇਹ ਕਹਿਣਗੇ ਕਿ ਹਾਂ ਪੁੱਤ ਅੱਜ ਤੂੰ ਕਿਸੇ ਮੁਕਾਮ ਤੇ ਪਹੁੰਚ ਚੁੱਕੀ ਹੈ। ਮੇਰੇ ਲਈ ਸਫਲਤਾ ਮੇਰੇ ਮਾਂ ਪਿਓ ਦੀ ਖੁਸ਼ੀ ਹੈ। ਥੈਂਕ ਯੂ ਸੋ ਮਚ। ਹਾਂਜੀ ਜੀ, ਹਾਂਜੀ ਨੰਬਰ 9 ਮੇਰੇ ਨਾਲ ਚਾਹੋ। ਕਿਹੜੀ ਮੈਂਬਰ ਕਿਰਨ ਪਿਲਸ ਕਿਰਨ ਪਾਲ ਜੀ ਮਾਂ ਜੀ, ਪਹਿਲਾਂ ਤਾਂ ਸਾਰਿਆਂ ਨੂੰ ਇੱਥੇ ਸਟੇਜ 'ਚ ਪਾਰਟੀਸਪੇਟ ਕਰਨ ਦਾ ਬਹੁਤ ਬਹੁਤ ਧੰਨਵਾਦ। ਇਹ ਬੜੀ ਵੱਡੀ ਗੱਲ ਹੁੰਦਾ ਕਿ ਤੁਸੀਂ ਅੱਗੇ ਆਓ ਆਪਣੇ ਕੋਨਫੀਡੈਂਸ ਨੂੰ ਅਤੇ ਆਪਣੇ ਪੇਰੈਂਟ ਨੂੰ ਜਾਣ। ਜਿਹੜੇ ਕੁਸ਼ਚਨ ਅਸੀਂ ਪੁੱਛ ਰਹੇ ਹਾਂ, ਆਲਰੇਡੀ ਕੁਸ਼ਚਨ ਸਾਨੂੰ ਦਿੱਤੇ ਗਏ ਆ, ਉਹਦੇ ਹਿਸਾਬ ਨਾਲ ਨੰਬਰ ਵਾਈਜ਼ ਜਿਹੜਾ ਵੀ ਸਾਨੂੰ ਕੁਸ਼ਚਨ ਉਹ ਅਸੀਂ ਤੁਹਾਨੂੰ ਪੁੱਛ ਰਹੇ ਹਾਂ। ਅਤੇ ਬਿਨਾਂ ਕਿਸੇ ਚੀਜ਼ ਦੇ ਪੂਰੇ ਕੋਨਫੀਡੈਂਸ ਨਾਲ ਤੁਸੀਂ ਜਵਾਬ ਦੇਣਾ ਹੈ ਆਪਣੇ ਅਪਡੇਟ ਦੇ ਅਨੁਸਾਰ। ਤੁਹਾਡਾ ਸਵਾਲ ਹੈ ਜੀ, ਤੁਸੀਂ ਆਪਣੇ ਲਈ ਰੱਬ ਤੋਂ ਕਿਹੜੀ ਇੱਕ ਚੀਜ਼ ਮੰਗਣਾ ਚਾਹੁੰਦੇ ਹੋ ਤੇ ਕਿਉਂ? ਜੇ ਰੱਬ ਮੈਨੂੰ ਕਦੇ ਮੌਕਾ ਦੇਵੇ ਕਿ ਮੈਂ ਕੁਛ ਮੰਗ ਸਕਾਂ ਤਾਂ ਮੈਂ ਆਪਣੀ ਮਾਂ ਦੀਆਂ ਖੁਸ਼ੀਆਂ ਮੰਗਾਂਗੀ। ਜੇ ਮੇਰੀ ਮਾਂ ਨੂੰ ਸਭ ਕੁਛ ਮਿਲ ਗਿਆ ਤਾਂ ਮਤਲਬ ਮੈਨੂੰ ਵੀ ਮਿਲ ਗਿਆ, ਕਿਉਂਕਿ ਮਾਂ ਹਮੇਸ਼ਾ ਪਰਮਾਤਮਾ ਤੋਂ ਆਪਣੇ ਬੱਚਿਆਂ ਲਈ ਮੰਗਦੀ ਹੈ। ਸੋ ਮੈਂ ਰੱਬ ਨੂੰ ਅੱਗੇ ਅਰਦਾਸ ਕਰੂੰਗੀ ਕਿ ਮੇਰੇ ਮਾਂ ਨੂੰ ਸਾਰੀਆਂ ਖੁਸ਼ੀਆਂ ਦੇਵੇ ਅਤੇ ਉਸਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ। ਧੰਨਵਾਦ। ਮੇਰੀ ਮਦਰ ਮੇਰੇ ਆਈਡਲ ਨੇ ਅਤੇ ਵੈਸੇ ਤਾਂ ਉਹਨਾਂ ਤੋਂ ਮੈਂ ਬਹੁਤ ਕੁਛ ਸਿੱਖਿਆ, ਪਰ ਸਭ ਤੋਂ ਵਧੀਆ ਗੱਲ ਜਿਹੜੀ ਉਹਨਾਂ ਨੇ ਮੈਨੂੰ ਇਹ ਸਿਖਾਈ ਹੈ ਕਿ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਅ ਆਉਂਦੇ ਨੇ, ਬਹੁਤ ਮੁਸ਼ਕਿਲ ਸਿਚੁਏਸ਼ਨਸ ਆਉਂਦੀਆਂ ਨੇ, ਬਟ ਆਪਾਂ ਨੂੰ ਉਹ ਸਿਚੁਏਸ਼ਨ ਦਾ ਸਾਹਮਣਾ ਪੂਰੇ ਕੋਨਫੀਡੈਂਸ ਨਾਲ ਕਰਨਾ ਚਾਹੀਦਾ, ਹਾਰ ਨਹੀਂ ਮੰਨਣੀ ਚਾਹੀਦੀ। ਜੇ ਜਿੱਤਦੇ ਹਾਂ ਬਹੁਤ ਵਧੀਆ ਗੱਲ ਹੈ, ਪਰ ਜੇ ਤੁਹਾਨੂੰ ਹਾਰ ਮਿਲਦੀ ਹੈ ਤਾਂ ਉਸ ਹਾਰ ਤੋਂ ਸਬਕ ਸਿੱਖ ਕੇ ਤੁਸੀਂ ਅੱਗੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰੋ ਅਤੇ ਕਿਸੇ ਨੂੰ ਵੀ ਹਾਰ ਨਾ ਕਰੋ। ਧੰਨਵਾਦ। ਨਾਮ ਜੀ ਪ੍ਰਿੰਸ
ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਤੁਸੀਂ ਇਸ ਫੰਕਸ਼ਨ ਵਿੱਚ ਇਸ ਬਿਊਟੀ ਕੰਟੈਸਟ ਵਿੱਚ ਇਸ ਟੈਲੈਂਟ ਪਾਵਰ ਕੰਟੈਸਟ ਵਿੱਚ ਕਿਉਂ ਭਾਗ ਲੈ ਰਹੇ ਹੋ? ਮੇਰੇ ਵਿੱਚ ਜੋ ਵੀ ਸਕਿੱਲਸ ਆ ਮੈਂ ਉਹਨੇ ਨੂੰ ਡਿਵੈਲਪ ਕਰਨਾ ਚਾਹੁੰਦੀ ਸੀ, ਮੈਂ ਹੋਰ ਕੋਨਫੀਡੈਂਸ ਗੇਨ ਕਰਨਾ ਚਾਹੁੰਦੀ ਸੀ, ਅਤੇ ਮੈਂ ਡਿਫਰੈਂਟ ਪਰਸਨੈਲਿਟੀਜ਼ ਨਾਲ ਕੰਮ ਕਰਨਾ ਚਾਹੁੰਦੀ ਹਾਂ, ਅਤੇ ਮੇਰੇ 'ਚ ਜੋ ਵੀ ਟੈਲੈਂਟ ਆ ਮੈਂ ਇਹਨੂੰ ਐਕਸਪਲੋਰ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਵਾਂ। ਜਿੱਦਾਂ ਹੁਣ ਅਸੀਂ ਇੱਥੇ ਭਾਗ ਲਿਆ, ਅਸੀਂ ਬਹੁਤ ਕੁਛ ਸਿੱਖਿਆ, ਕਈ ਚੀਜ਼ਾਂ ਇੱਦਾਂ ਦੀਆਂ ਸੀ ਜੋ ਸਾਨੂੰ ਨਹੀਂ ਪਤਾ ਸੀ, ਜੋ ਇੱਥੇ ਆ ਕੇ ਅਸੀਂ ਸਿੱਖੀਆਂ। ਮੈਂ ਚਾਹੁੰਦੀ ਹਾਂ ਕਿ ਮੈਂ ਉਹ ਇਹ ਚੀਜ਼ਾਂ ਅੱਗੇ ਜਾ ਕੇ ਐਕਸਪਲੋਰ ਕਰਾਂ, ਅਤੇ ਮੈਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਵਾਂ ਅਤੇ ਆਪਣੇ ਮਦਰ ਫਾਦਰ ਦੇ ਨਾਲ ਰੱਖੀ। ਸਵਾਲ ਹੈ ਜੀ ਕਿ ਤੁਹਾਡੇ ਵਿੱਚ ਤੁਹਾਡੇ ਆਪਣੇ ਆਪ ਵਿੱਚ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ? ਮੈਂ ਆਪਣੇ ਆਪ ਦੇ ਵਿੱਚ ਇਹੀ ਚੀਜ਼ ਚੰਗੀ ਕਰ ਲੈਂਦੀ ਹਾਂ ਕਿ ਹਾਂ ਮੈਂ ਕਦੇ ਕਿਸੇ ਦਾ ਬੁਰਾ ਕਿਸੇ ਲਈ ਬੁਰੀ ਭਾਵਨਾ ਨਹੀਂ ਰੱਖਦੀ। ਜੇ ਕੋਈ ਮੇਰੀ ਮਾਂ ਨੇ ਮੈਨੂੰ ਅੱਜ ਤੱਕ ਇਹੀ ਸਿਖਾਇਆ ਅਤੇ ਇਹੀ ਕੁਆਲਿਟੀ ਮੇਰੇ 'ਚ ਭਰੀ ਆ ਕਿ ਹਾਂ ਜੇ ਕੋਈ ਬੰਦਾ ਤੇਰਾ ਬੁਰਾ ਵੀ ਕਰਦਾ ਤਾਂ ਉਹਦਾ ਕਦੇ ਬੁਰਾ ਨਾ ਸੋਚ, ਹਮੇਸ਼ਾ ਹਰ ਕਿਸੇ ਦਾ ਚੰਗਾ ਹੀ ਸੋਚ ਅਤੇ ਰੱਬ ਤੇਰੇ ਨਾਲ ਆਪਣੇ ਆਪ ਚੰਗਾ ਕਰੂੰਗਾ। ਅਤੇ ਮੈਂ ਇਹੀ ਸੋਚ ਰੱਖਦੀ ਹਾਂ ਅਤੇ ਇਹੀ ਸੋਚ ਨੂੰ ਮੈਂ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ ਅਤੇ ਇਹੀ ਚੀਜ਼ ਮੈਨੂੰ ਆਪਣੇ ਆਪ 'ਚ ਚੰਗੀ ਲੱਗਦੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ ਆਲ ਦ ਕੰਟੈਸਟੈਂਟ। Music person keep forgetting, so I guess he is going to start walking. Sara music wala unfortunately go raha hai, wo kuch task karne ko bol jata hai, ek baar unko music laata aur wo jaan ko bhul jata hai, Mrs. wale dono bhul gaya hai ye gaadiyan ke khoon de vich hum assi banana jaawange top 5 mrs zor zor kar rahe। ਸਵਾਲ ਹੈ ਜੀ ਕਿ ਤੁਹਾਡੇ ਲਈ ਸੁੰਦਰਤਾ ਮੁਕਾਬਲਾ ਜਿੱਤਣਾ ਕਿਉਂ ਜ਼ਰੂਰੀ ਹੈ? ਇਹ ਮੁਕਾਬਲਾ ਜਿੱਤਣਾ ਤੁਹਾਡੇ ਲਈ ਕਿੰਨਾ ਕੁ ਜ਼ਰੂਰੀ ਹੈ? ਮੇਰੇ ਲਈ ਇਹ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਇੱਥੇ ਡਿਵੈਲਪ ਕਰਨ ਆਈ ਹਾਂ, ਮੈਂ ਕੁਝ ਸਿੱਖਣ ਆਈ ਹਾਂ। ਮੈਂ ਬਹੁਤ ਕੁਝ ਸਿੱਖਿਆ ਹੁਣ ਤੱਕ, ਅਪਸ ਐਂਡ ਡਾਊਨਸ, ਕਿੱਦਾਂ ਇਮੋਸ਼ਨਸ ਕੰਟਰੋਲ ਕਰਦੇ ਹਾਂ ਸਟੇਜ 'ਤੇ ਜਾ ਕੇ, ਕਿੱਦਾਂ ਪਰਫੋਰਮ ਕਰਨਾ। ਇਸ ਮੁਕਾਬਲੇ ਦੇ ਨਾਲ ਮੇਰੀ ਗਰੋਥ ਹੋ ਰਹੀ ਹੈ। ਮੈਂ ਆਲਰੇਡੀ ਆਪਣੇ ਆਪ ਨੂੰ ਵਿਨਰ ਫੀਲ ਕਰ ਰਹੀ ਹਾਂ ਕਿਉਂਕਿ ਮੈਂ ਇੱਥੇ ਅੱਜ ਵੀ ਇਸ ਸਟੇਜ 'ਤੇ ਵੀ ਕਾਫੀ ਆਪਣੇ ਆਪ ਨੂੰ ਗਰੋਥ ਫੀਲ ਕੀਤਾ ਹੈ ਅਤੇ ਮੈਂ ਬਹੁਤ ਕੰਫੀਡੈਂਟ ਹਾਂ। ਥੈਂਕ ਯੂ। ਹਾਂਜੀ, ਨੰਬਰ 6 ਤੁਸੀਂ ਮਿਡਲ 'ਚ ਆ ਜਾਓ।
ਐਂਡ ਕਿਰਨ ਪਾਲ ਜੀ। ਬੜੀ ਚੰਗੀ ਗੱਲ ਹੈ, ਬਹੁਤ ਵਧੀਆ ਹੋ ਰਿਹਾ ਸਾਰਾ ਕੁਛ। ਇੱਕ ਤੁਹਾਡੇ ਲਈ ਛੋਟਾ ਜਿਹਾ ਸਵਾਲ ਹੈ, ਉਹ ਹੈ ਤੁਹਾਡੇ ਲਈ ਸਾਦਗੀ ਦਾ ਕੀ ਮਤਲਬ? ਮੇਰੇ ਲਈ ਸਰ ਸਾਦਗੀ ਦਾ ਮਤਲਬ ਇਹ ਨਹੀਂ ਕਿ ਅਸੀਂ ਸਿੰਪਲ ਕੱਪੜੇ ਪਾ ਕੇ ਗਹਿਣਾ ਗੱਟਾ ਨਾ ਪਾਈਏ। ਮੇਰੇ ਲਈ ਸਾਦਗੀ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਸੋਚ ਉੱਚੀ ਰੱਖਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਆਪਾਂ ਜੇ ਆਪਾਂ ਹੋਟਲ 'ਚ ਨਹੀਂ ਜਾਂਦੇ, ਕੁਛ ਚੰਗਾ ਖਾਂਦੇ ਪੀਂਦੇ ਨਹੀਂ, ਕੋਈ ਮੌਲ 'ਚ ਨਹੀਂ ਜਾਂਦੇ, ਇਹਦਾ ਮਤਲਬ ਇਹ ਨਹੀਂ। ਮਤਲਬ ਸੋਚ ਉੱਚੀ ਰੱਖੋ ਅਤੇ ਆਪ ਤੋਂ ਛੋਟੇ ਲੋਕਾਂ ਦੀ, ਗਰੀਬ ਲੋਕਾਂ ਦੀ ਮਦਦ ਕਰੋ। ਥੈਂਕ ਯੂ ਜੀ। ਹਾਂਜੀ 107। ਮਿਸ ਪਿੰਕੀ ਚੌਹਾਨ, ਠੀਕ ਹੋ ਜੀ? ਤੁਹਾਡਾ ਕੁਐਸਚਨ ਹੈ, ਅੱਜ ਤੱਕ ਤੁਸੀਂ ਆਪਣੀ ਜ਼ਿੰਦਗੀ 'ਚ ਸਭ ਤੋਂ ਮਹੱਤਵਪੂਰਨ ਕੀ ਹਾਸਲ ਕੀਤਾ? ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਜੋ ਹੁਣ ਤੱਕ ਸੋਚਿਆ, ਇਹ ਸਟੇਜ ਜੋ ਅੱਜ ਮੈਨੂੰ ਮਿਲੀ ਹੈ, ਇਹ ਪਲੈਟਫਾਰਮ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਨੂੰ ਮਿਲੇਗਾ, ਕਿਉਂਕਿ ਸ਼ੁਰੂ ਤੋਂ ਲੈ ਕੇ ਮੈਂ ਜਦੋਂ ਬਚਪਨ 'ਚ ਸੀ ਆਪਣੀ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ, ਪਰ ਜਦੋਂ ਮੈਰਿਜ ਹੋ ਗਈ, ਵਿਆਹ ਹੋ ਜਾਂਦਾ, ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਚਲੇ ਜਾਂਦੇ ਹਾਂ ਜੋ ਅਸੀਂ ਚਲੇ ਵੀ ਗਏ ਸੀ। ਸੋ ਫਿਰ ਆਪ ਉਸ ਤੋਂ ਬਾਅਦ ਇੱਥੇ ਆ ਕੇ ਅਸੀਂ ਫਸਟ ਟਾਈਮ ਇੱਕ ਲਾਈਵ ਵਿਦ ਆਰ ਟੀਮ ਤਿਆਰ ਕੀਤੀ, ਉਹ ਤੋਂ ਬਾਅਦ ਸਾਡਾ ਕੌਨਫੀਡੈਂਸ ਇੰਨਾ ਵੱਧਦਾ ਗਿਆ ਕਿ ਅਸੀਂ ਅੱਜ ਇੱਥੇ, ਸਾਨੂੰ ਸੁਰਜੀਤ ਲਾਉਂਦੀ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਜਿਸ ਸਟੇਜ ਦੇ ਉੱਤੇ ਖੜੀਏ ਅਤੇ ਕੁਝ ਆਪਣੀ ਆਪਣੀ ਕਾਬਲੀਅਤ ਨੂੰ ਸ਼ੋਅ ਕਰ ਸਕੀਏ। ਸੋ ਮੇਰੇ ਲਈ ਇਹ ਸਭ ਤੋਂ ਵੱਡੀ ਅਚੀਵਮੈਂਟ ਸੀਗੀ। ਥੈਂਕ ਯੂ ਵੈਰੀ ਮੱਚ। ਹਾਂਜੀ 105। ਹਾਂਜੀ ਪਿੰਕੀ ਦੀ 109। ਰਿਸਪੈਕਟ ਕਰਨਾ, ਸਾਰੇ ਦੀ ਇੱਜ਼ਤ ਕਰਨਾ, ਕਦੇ ਵੀ ਤੁਸੀਂ ਮਾੜੇ ਟਾਈਮ ਦੇ ਵਿੱਚ ਜੇ ਡਿੱਗਦੇ ਹੋ ਤਾਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ, ਸਾਰਿਆਂ ਨੂੰ ਟਰਾਈ ਕਰੋ ਕਿ ਤੁਸੀਂ ਹੈਲਪ ਕਰ ਸਕੋ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਤੁਹਾਡੀ, ਅਤੇ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਆਲਵੇਜ਼ ਕੋਸ਼ਿਸ਼ ਕਰੋ ਅਤੇ ਪਿੱਛੇ ਨਾ ਹਟੋ ਹਰ ਚੀਜ਼ ਤੋਂ, ਆਲਵੇਜ਼ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੋ ਕਿ ਤੁਸੀਂ ਕੁਛ ਕਰ ਸਕਦੇ ਦੁਨੀਆਂ ਦੇ ਵਿੱਚ। ਥੈਂਕ ਯੂ ਸੋ ਮੱਚ। ਥੈਂਕ ਯੂ ਜੀ। ਹਾਂਜੀ 103। ਇੱਥੇ ਆਈ ਹੋਈ ਜੱਜ ਸਾਹਿਬਾਨ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੇਰੇ ਲਈ ਕੁਐਸਚਨ ਦੇਣਗੇ ਤੇਜ ਬੈਂਸ। ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡੇ ਜਿਹੜਾ ਫਖਰ ਆ, ਤੁਹਾਡੀ ਜੁਰਅਤ ਆ, ਤੁਹਾਡਾ ਹੁਸਨ ਆ, ਇਹਦੇ ਲਈ ਤੁਹਾਨੂੰ ਵਧਾਈ ਦਿੰਦੀ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਮੈਨੂੰ ਦੱਸੋ ਤੁਸੀਂ ਕਿ ਤੁਹਾਡੇ ਲਈ ਸਫਲਤਾ ਦਾ ਮਤਲਬ ਕੀ ਹੈ? ਇੱਥੇ ਆ ਕੇ ਸਫਲਤਾ ਪਾਉਣ ਦਾ ਤੁਹਾਡੇ ਵਾਸਤੇ ਕੀ ਮਤਲਬ? ਮੇਰੇ ਲਈ ਇਸ ਸਟੇਜ 'ਤੇ ਹੋਣਾ ਸਭ ਤੋਂ ਵੱਡੀ ਸਫਲਤਾ ਹੈ। ਮੈਂ ਸਕੂਲ ਟਾਈਮ ਤੋਂ ਹੀ ਪਰਫੋਰਮ ਕਰਦੀ ਆ ਰਹੀ ਹਾਂ। ਆਈ ਵਾਜ਼ ਲਾਈਕ ਮੈਂ ਬੈਸਟ ਅਥਲੀਟ ਵੀ ਰਹੀ ਹਾਂ, ਉਸ ਤੋਂ ਬਾਅਦ ਮੈਂ ਕਾਲਜ ਦੀ ਟੋਪਰ ਵੀ ਰਹੀ ਹਾਂ ਅਤੇ ਮੈਂ ਗਿੱਧਿਆਂ ਦੀ ਰਾਣੀ ਵੀ ਰਹੀ ਹਾਂ। ਅਤੇ ਸ਼ੁਰੂ ਤੋਂ ਮੈਨੂੰ ਹਮੇਸ਼ਾ ਆਲ ਅਰਾਊਂਡਰ ਕਿਹਾ ਜਾਂਦਾ ਸੀਗਾ, ਪਰ ਅੱਜ ਇਸ ਸਟੇਜ 'ਤੇ ਆ ਕੇ ਮੈਨੂੰ ਸੱਚੀ ਫੀਲ ਹੋ ਰਿਹਾ ਕਿ ਮੈਂ ਆਲ ਅਰਾਊਂਡਰ ਹਾਂ, ਕਿਉਂਕਿ ਅੱਜ ਮੈਂ ਇੱਕ ਮਾਂ ਵੀ ਹਾਂ। ਮੇਰੀ ਬੇਟੀ ਸਿਰਫ 15 ਮਹੀਨਿਆਂ ਦੀ ਆ, ਜਿਹਨੇ ਮੈਨੂੰ ਅਲਾਊ ਕੀਤਾ ਕਿ ਮੈਂ ਤੁਸੀਂ ਜਾਓ। ਆਈ ਐਮ ਰੀਅਲੀ ਰੀਅਲੀ
ਮੈਨੂੰ ਨਹੀਂ ਲੱਗਦਾ ਕਿ ਮੈਨੂੰ ਵਿਨੀਪੈਗ ਦੇ ਵਿੱਚ ਬਹੁਤੇ ਲੋਕ ਜਾਣਦੇ ਆ, ਪਰ ਆਈ ਰੀਅਲੀ ਐਪਰੀਸ਼ੀਏਟ ਕਿ ਮੈਨੂੰ ਉਹਨਾਂ ਨੇ ਟੌਪ 5 ਦੇ ਵਿੱਚ ਕੱਢਿਆ। ਆਈ ਰੀਅਲੀ ਐਪਰੀਸ਼ੀਏਟ ਯੂ ਗਾਇਸ ਕਿ ਤੁਸੀਂ ਮੈਨੂੰ ਟੌਪ 5 ਦੇ ਵਿੱਚ ਕੱਢਿਆ। ਥੈਂਕ ਯੂ ਮੈਮ, ਤੁਸੀਂ ਮੈਨੂੰ ਕਿਹਾ ਕਿ ਮੈਂ ਇਹੀ ਸੋਹਣੀ ਇਹੀ ਸੋਹਣੀ ਆ। ਥੈਂਕ ਯੂ ਸੋ ਮਚ, ਥੈਂਕ ਯੂ ਜੱਜਿਸ, ਥੈਂਕ ਯੂ। ਹਾਂਜੀ, ਹੁਣ ਸਾਡੇ ਮੈਂ ਰਿਕੁਐਸਟ ਕਰਦੀ ਹਾਂ ਟੌਪ 5 ਨੂੰ ਕਿ ਤੁਸੀਂ ਬੈਕ ਸਟੇਜ 'ਤੇ ਆ ਜਾਓ। ਕੌਣ ਜਿੱਤੂਗਾ, ਕੌਣ ਜਿੱਤੂ, ਇਟਸ ਵੈਰੀ ਹਾਰਡ ਏ, ਇਟਸ ਵੈਰੀ ਹਾਰਡ। ਥੈਂਕ ਯੂ ਜੱਜਸ, ਥੈਂਕ ਯੂ ਫॉर द ਰਾਊਂਡ। ਜੋੜਾ ਤਾੜੀਆਂ ਕੁਐਸਚਨ ਆਨਸਰ ਰਾਊਂਡ ਲਈ। ਥੈਂਕ ਯੂ। ਇਸ ਤੋਂ ਅਗਲਾ ਰਾਊਂਡ ਹੈ, ਖਤਾ ਨਹੀਂ ਹੋ ਰਿਹਾ ਰਾਊਂਡ, ਜਿਹਦੇ ਵਿੱਚ ਆਪਾਂ ਇੱਕ ਇੱਕ ਵਿਨਰ ਲੱਡਾਂਗੇ ਮਿਸ ਤੇ ਮਿਸਸ ਦੇ ਵਿੱਚੋਂ, ਤੇ ਜੱਜਸ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈ ਇਹ ਦੇਖਣ ਵਾਸਤੇ ਕਿ ਕੌਣ ਕਿਵੇਂ ਹੈ, ਕਿੰਨੇ ਨੰਬਰ ਦੇ ਨਾਲ ਉਹ ਫਸਟ ਆ ਰਹੇ ਨੇ। ਇਸ ਟਾਈਮ ਦੇ ਵਿੱਚ ਆਪਣੇ ਕੋਲ ਇੱਕ ਸਿੰਗਰ ਨੇ, ਲੋਕਲ ਟੈਲੈਂਟ ਹੈਗੇ ਦਿਲਪ੍ਰੀਤ ਕੌਰ, ਪਲੀਜ਼ ਵੈਲਕਮ ਦਿਲਪ੍ਰੀਤ ਕੌਰ। ਥੈਂਕ ਯੂ। ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ
ਸਸਪੈਂਸ ਕ੍ਰੀਏਟ ਕਰੋ, ਲਾਸਟ ਮੂਮੈਂਟ ਹੈ, ਇਹਦੇ ਬਾਅਦ ਆਪਾਂ ਘਰੇ ਜਾਣਾ ਸੋਣਾ ਸਾਰਿਆਂ ਨੇ। ਓਕੇ ਜੀ, ਸਾਡੇ ਸੈਕਿੰਡ ਰਨਰ ਅਪ ਹੈਗੇ ਆ ਮਿਸ ਪੰਜਾਬਨ ਵਿਨਪੈਗ 2017 ਸੈਕਿੰਡ ਰਨਰ ਅਪ ਵੀਰਪਾਲ। ਤਾੜੀਆਂ ਵੱਜਦੀਆਂ ਰਹਿਣੀਆਂ ਚਾਹੀਦੀਆਂ ਪਲੀਜ਼।
and second runner up no again stage the middle chamanu please.
ਕਰਾਊਨਿੰਗ ਤੋਂ ਬਾਅਦ ਥੋੜ੍ਹਾ ਜਿਹਾ ਓਪਨ ਡੀਜੇ ਰੱਖਾਂਗੇ ਫੋਰ 5-10 ਮਿੰਟਸ, ਤੁਹਾਡਾ ਜ਼ਿਆਦਾ ਨਹੀਂ ਟਾਈਮ ਲੈਂਦੇ। ਸੋ ਜੋ ਵੀ ਆਉਣਾ ਚਾਹੁੰਦੇ ਆ ਪਲੀਜ਼ ਕਮ ਔਨ ਦਾ ਸਟੇਜ ਐਂਡ ਜੁਆਇਨ ਅਸ। ਓਕੇ ਜੀ, ਹਾਂ ਕੀ ਵਾਰੀ ਮਿਲਣ ਦੀ, ਐਨੀ ਗੈਸਿਸ? ਥੋੜ੍ਹੀਆਂ ਜਿਹੀਆਂ ਹੋਰ ਗੈਸਿਸ? Okay ji, the winner for Mrs. Punjaban Winnipeg 27 is number 105.
ਵਧਾਈ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ 'ਚ ਕਿੱਦਾਂ ਲੱਗਾ ਸਾਨੂੰ ਇਸ ਪ੍ਰੋਗਰਾਮ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਿਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਆਪਣੇ ਫਰੈਂਡਸ ਨਾਲ ਸਾਨੂੰ ਇੱਦਾਂ ਲੱਗ ਰਿਹਾ ਸੀ ਕਿ ਅਸੀਂ ਆਪਣੀ ਫੈਮਿਲੀ ਦੇ ਸਾਹਮਣੇ ਪਰਫਾਰਮੈਂਸ ਕਰ ਰਹੇ ਹਾਂ ਜੋ ਵੀ ਕਰ ਰਹੇ ਸਾਨੂੰ ਇੱਦਾਂ ਲੱਗ ਹੀ ਨਹੀਂ ਰਿਹਾ ਸੀ ਕਿ ਸਾਡੇ ਸਾਹਮਣੇ ਜੱਜਸ ਬੈਠੇ ਆ ਜਾਂ ਆਡੀਅੰਸ ਬੈਠੀ ਆ ਨਹੀਂ ਤੁਹਾਨੂੰ ਇਹੋ ਜਿਹਾ ਇੰਨਾ ਤੁਹਾਡੇ ਜੀ ਕੌਨਫੀਡੈਂਸ ਦਾ ਜਜ਼ਬਾ ਦੇਖਣਾ ਆਈ ਐਮ ਰੀਅਲੀ ਇੰਪ੍ਰੈਸਡ ਦੱਸੋ ਇਹ ਕਿੱਦਾਂ ਇੰਨੀ ਤਾਕਤ ਕਿੱਦਾਂ ਮਿਲੀ ਤੁਹਾਨੂੰ ਇਹ ਸਾਰੀਆਂ ਸਾਡੀਆਂ ਸਹੇਲੀਆਂ ਨੇ ਜਿਨ੍ਹਾਂ ਨੇ ਹਰ ਇੱਕ ਟਾਈਮ ਦੇ ਵਿੱਚ ਸਾਡੀ ਹੈਲਪ ਕੀਤੀ ਆ ਈਚ ਅਦਰ ਇੱਕ ਦੂਜੇ ਨੂੰ ਦੱਸਿਆ ਵੀ ਤੂੰ ਇੱਥੇ ਤੇਰੇ 'ਚ ਕਮੀ ਆ ਤੂੰ ਇੱਥੇ ਠੀਕ ਕਰ ਜਾਂ ਸਾਰਾ ਸਿਰਫ ਸਾਡੇ ਫਰੈਂਡ ਸਰਕਲ ਅਤੇ ਸਾਡੇ ਜਿਹੜੇ ਦੀਦੀ ਆ ਸੁਜੀ ਢਿੱਲੋਂ ਜਾਂ ਗੋਲਡੀ ਜੀ ਨੇ ਜਾਂ ਹੁਮਾ ਚੌਧਰੀ ਜੀ ਨੇ ਰੱਬ ਨੇ ਤਾਕਤ ਦਿੱਤੀ ਦੇਖ ਕੇ ਬੜਾ ਅੱਛਾ ਲੱਗਾ ਰੇਡੀਓ ਆਵਾਜ਼ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਰੇਡੀਓ ਆਵਾਜ਼ ਵੱਲੋਂ ਤੁਹਾਨੂੰ ਪਹਿਲੇ ਤਾਂ ਬਹੁਤ ਬਹੁਤ ਵਧਾਈ ਤੁਹਾਡੀ ਜਿੱਤ ਲਈ ਤੁਹਾਨੂੰ ਕਿੱਦਾਂ ਕਿੱਦਾਂ ਲੱਗਿਆ ਜਿੱਤ ਕਿੱਡੀ ਕਿੱਡੀ ਮਿਹਨਤ ਰੱਖਦੀ ਹੈ ਤੁਹਾਡੇ ਲਈ ਜਿਹਨੇ ਜਿੱਦਾਂ ਹੁਣ ਜੱਜਿਸ ਬੈਠੇ ਸਨ ਜਿੱਦਾਂ ਜਿਹੜੇ ਸਵਾਲ ਪੁੱਛੇ ਸਨ ਜਿਹੜੇ ਤੁਹਾਡੀ ਵਾਰੀ ਨਹੀਂ ਆਈ ਜਿਹੜੇ ਤੁਸੀਂ ਬਾਕੀ ਹੁੰਦੇ ਤੁਹਾਨੂੰ ਅੰਦਰ ਕੀ ਮਹਿਸੂਸ ਹੋ ਰਿਹਾ ਉਸ ਟਾਈਮ ਹਾਂਜੀ ਮੇਰੀ ਇਸ ਤੋਂ ਅੱਗੇ ਆ ਰਹੀ ਹੈ ਸੀਗਾ ਹਾਂ ਜਿਹਨੇ ਤੁਸੀਂ ਜਵਾਬ ਤੇ ਬੜੇ ਕੌਨਫੀਡੈਂਸ ਦਿੱਤਾ ਔਰ ਬੜਾ ਫੇਅਰ ਉਹਨਾਂ ਨੇ ਦਿੱਤਾ ਡਿਸੀਜ਼ਨ ਦਿੱਤਾ ਰੇਡੀਓ ਆਵਾਜ਼ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਪਲੀਜ਼ ਸਾਡੇ ਰੇਡੀਓ ਆਵਾਜ਼ ਵਿੱਚ ਆਓ ਐਂਡ ਪਾਰਟੀਸਪੇਟ ਕਰੋ ਔਰ ਜਾਓ ਮੈਂ ਬਹੁਤ ਅਮੇਜ਼ਿੰਗ ਫੀਲ ਕਰ ਰਹੀ ਹਾਂ ਬਹੁਤ ਕੌਨਫੀਡੈਂਸ ਵਧਿਆ ਸਟੇਜ ਪਰਫਾਰਮੈਂਸਿਸ ਮੈਂ ਪਹਿਲਾਂ ਵੀ ਕਰਦੀ ਰਹੀ ਹਾਂ ਬਟ ਕੰਪੀਟੀਸ਼ਨ ਪਹਿਲੀ ਵਾਰ ਕੀਤਾ ਜਿੱਦਾਂ ਅਸੀਂ ਗਿੱਧਾ ਭੰਗੜਾ ਕਰਦੇ ਰਹਿੰਦੇ ਹਾਂ ਇਟਸ ਅ ਟੀਮ ਵਰਕ ਅਸੀਂ ਪਰਫਾਰਮੈਂਸ ਕਰ ਰਹੇ ਬਟ ਕੰਪੀਟੀਸ਼ਨ ਦੀ ਇੱਕ ਅਲੱਗ ਫੀਲਿੰਗ ਹੈ ਤੁਸੀਂ ਸਟੇਜ ਤੇ ਖੜੇ ਹੋ ਸਟੇਜ ਤੇ ਆਉਣਾ ਹੀ ਬੜਾ ਮਾਇਨਾ ਰੱਖਦਾ ਹੈ ਜਦੋਂ ਤੁਸੀਂ ਨਰਵਸ ਹੋ ਜਾਂਦੇ ਹੋ ਵੈਨ ਤੁਸੀਂ ਜਦੋਂ ਸੋਚਦੇ ਹੋ ਕਿ ਇਹ ਚੀਜ਼ ਸ਼ਾਇਦ ਮੈਨੂੰ ਮਿਲੇਗੀ ਉਹ ਚੀਜ਼ ਤੁਹਾਨੂੰ ਨਹੀਂ ਮਿਲਦੀ ਸਟਿਲ ਯੂ ਹੈਵ ਟੂ ਸਮਾਈਲ ਔਨ ਦ ਸਟੇਜ ਆਈ ਲਰਨ ਟੂਡੇ ਕਿੱਦਾਂ ਉਸਨੂੰ ਇਮੋਸ਼ਨਸ ਨੂੰ ਕੰਟਰੋਲ ਕਰਨਾ ਅਤੇ ਕਿੱਦਾਂ ਖੜੇ ਰਹਿ ਕੇ ਸਮਾਈਲ ਕਰਦੇ ਰਹਿਣਾ ਇਨ ਐਨੀ ਕੰਡੀਸ਼ਨ ਤੁਹਾਡਾ ਸਟੇਜ ਤੇ ਆਉਣਾ ਇੱਕ ਸਾਲ ਉਹ ਜਿੱਤ ਸੀ ਬਹੁਤ ਵਧਾਈ ਦੇ ਪਾਤਰ ਹੋ ਰੇਡੀਓ ਆਵਾਜ਼ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਵਧਾਈ ਤੁਸੀਂ ਇੰਨੀਆਂ ਤਿਆਰੀਆਂ ਕਰਕੇ ਏਡਾ ਵਧੀਆ ਪ੍ਰੋਗਰਾਮ ਐਗਜ਼ਾਮਪਲ ਸੈੱਟ ਕਰਤੀ ਜਿਹੜੇ ਦੂਰ ਦੇ ਟਾਪ ਦੇ ਜੱਜਿਸ ਲਿਆਏ ਉਹਨਾਂ ਨੇ ਅਗਲੇ ਸਾਲ ਦੀਆਂ ਬਸ ਜੀ ਹੁਣ ਥੋੜੀ ਜਿਹੀ ਬ੍ਰੇਕ ਲੈ ਕੇ ਥੋੜੀ ਜਿਹੀ ਰੈਸਟ ਕਰਕੇ ਬਿਕੋਜ਼ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਪਿਛਲੇ ਮਹੀਨਿਆਂ ਤੋਂ ਸਲੀਪਲੈਸ ਨਾਈਟਸ ਕਹਿ ਸਕਦੇ ਹਾਂ ਤੁਸੀਂ ਕੰਮਾਂ ਤੋਂ ਛੁੱਟੀ ਲੈ ਕੇ ਕਿੰਨੀਆਂ ਤਿਆਰੀਆਂ ਕੀਤੀਆਂ ਸੋ ਥੋੜੀ ਜਿਹੀ ਬ੍ਰੇਕ ਲੈ ਕੇ ਸੋ ਵੀ ਵਿਲ ਬੀ ਸਟਾਰਟਿੰਗ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹਾਂਜੀ ਸੁਰਜੀਤ ਸਭ ਤੋਂ ਪਹਿਲਾਂ ਰੇਡੀਓ ਆਵਾਜ਼ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਐਡਾ ਸ਼ਾਨਦਾਰ ਈਵੈਂਟ ਤੁਸੀਂ ਆਰਗਨਾਈਜ਼ ਕੀਤੀ ਕਿੰਨੀ ਐਫਰਟ ਕੀਤੀ ਹੋ ਤੇ ਕਿੰਨਾ ਹੁਲਾਰਾ ਮਿਲਿਆ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਕਿੰਨੇ ਦਿਨਾਂ ਤੋਂ ਮਿਹਨਤ ਕਰ ਰਹੇ ਸੋ ਸਾਰੇ ਦਿਨ ਰਾਤ ਦੀ ਨੀਂਦ ਪੂਰੀ ਲਗਾਈ ਹੈ ਇਸ ਗੇਮ ਨੂੰ ਥੈਂਕ ਯੂ ਸੋ ਮਚ ਰੇਡੀਓ ਆਵਾਜ਼ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ
ਸੁਣਨ ਵਾਲੇ ਸ਼ਰਤਾਂ ਨੂੰ ਚੈਨਲ ਪੰਜਾਬੀ ਦਾ ਕਰਕੇ ਨਾ ਭੁੱਲੇ ਸਾਰਿਆਂ ਨੂੰ ਸੁਰਜੀਤ ਢਿੱਲੋਂ ਵਾਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਸਾਰੀ ਰੇਡੀਓ ਆਵਾਜ਼ ਵਾਲਿਆਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਲਈ ਬੜਾ ਮਾਣ ਹੈ ਕਿ ਸਾਡੀ ਮੀਡੀਆ ਸਪਾਂਸਰ ਬਣੇ ਅਸੀਂ ਸਾਨੂੰ ਬੜਾ ਮਾਣ ਤੇ ਹੁਣ ਵੀ ਤੁਸੀਂ ਸਾਨੂੰ ਐਕਸਪੋਜ਼ਰ ਦੇ ਰਹੇ ਹੈਗੇ ਸੋ ਥੈਂਕ ਯੂ ਸੋ ਮਚ ਆਈ ਐਮ ਵੈਰੀ ਹੈਪੀ ਕਿ ਸਾਡਾ ਸ਼ੋਅ ਕਾਫੀ ਸਕਸੈਸਫੁਲ ਰਿਹਾ ਸ਼ੇਅਰ ਯੂਅਰ ਐਕਸਪੀਰੀਅੰਸ ਹੈ ਨਾ ਹਾਂਜੀ ਹਾਂਜੀ ਤੇ ਜੱਜਸ ਜਿੱਦਾਂ ਤੁਸੀਂ ਕਹਿ ਰਹੇ ਸੀ ਸਾਰਿਆਂ ਨੇ ਬਹੁਤ ਲਾਈਕ ਕੀਤਾ ਕਿ ਜੱਜਸ ਅੱਛੇ ਸੀਗੇ ਫੇਅਰ ਸੀਗੇ ਬਹੁਤ ਫੇਅਰ ਡਿਸੀਜ਼ਨ ਹੋਇਆ ਐਂਡ ਜਿਹੜਾ ਟੈਲੈਂਟਡ ਸੀਗੇ ਉਹ ਵਿਨ ਕੀਤਾ ਸੋ ਮੈਂ ਕੋਂਗਰੈਚੁਲੇਸ਼ਨ ਕਹਿਣਾ ਚਾਹੂੰਗੀ ਸਾਰੇ ਵਿਨਰ ਫਸਟ ਰਨਰ ਅਪ ਸੈਕਿੰਡ ਰਨਰ ਅਪ ਅਤੇ ਸਾਰੇ ਕੰਟੈਸਟੈਂਟ ਦਾ ਜਿਹਨਾਂ ਨੇ ਮਿਸ ਐਂਡ ਮਿਸਿਸ ਪੰਜਾਬਨ ਵਿਨੀਪੈਗ 2017 'ਚ ਹਿੱਸਾ ਲਿਆ ਮੇਰੇ ਲਈ ਉਹ ਸਾਰੇ ਹੀ ਵਿਨਰ ਆ ਸੋ ਥੈਂਕ ਯੂ ਸੋ ਮਚ ਓਕੇ ਜੀ ਤੁਸੀਂ ਵਧਾਈ ਦੇ ਪਾਤਰ ਹੋ ਅਗਲੇ ਵਾਰੀ ਸਾਡੇ ਸਟੂਡੀਓ ਤੇ ਆ ਕੇ ਫਿਰ ਜੀ ਮੇਰੇ ਬ੍ਰਦਰ ਟੋਰਾਂਟੋ ਤੋਂ ਚੱਲ ਕੇ ਆਏ ਮੈਨੂੰ ਸਪੋਰਟ ਕਰਨ ਵਾਸਤੇ ਸੋ ਥੈਂਕ ਯੂ ਬ੍ਰਦਰ ਸੋ ਮਚ ਦੇਖਿਆ ਪ੍ਰਾਊਡ ਆਫ ਦੇਖਿਆ ਹਾਂਜੀ ਕਿੰਨਾ ਵਧੀਆ ਇਹ ਹੁਣੀ ਇਵੈਂਟ ਆਪ ਨੇ ਕਰਨੀ ਮਾਨਾ ਹਾਂਜੀ ਪਰਵਿੰਦਰ ਪੁਕਰਾਜ ਵੀ ਸਾਡੇ ਨਾਲ ਆਏ ਸਾਡੇ ਵਿਨੀਪੈਗ ਦੇ ਟੈਲੈਂਟ ਆਈ ਐਮ ਸੋ ਥੈਂਕਫੁਲ ਆਲ ਟੀਮ ਮੈਂਬਰ ਲੋਕਲ ਲੋਕਲ ਟੈਲੈਂਟ ਪੰਜਾਬਨ ਉਹ ਗੇਮੀ ਚਾਂਸ ਇਨ ਫਰੰਟ ਆਫ ਆਵਰ ਲੋਕਲ ਆਡੀਅੰਸ ਮੈਂ ਸਾਰਿਆਂ ਦਾ ਬਹੁਤ ਥੈਂਕਸ ਕਰਦਾ ਦਿਲੋਂ ਰੇਡੀਓ ਵਾਸ ਦੀ ਪੂਰੀ ਟੀਮ ਦਾ ਸੁਰਜੀਤ ਢਿੱਲੋਂ ਭੈਣ ਜੀ ਦਾ ਅਤੇ ਸਾਰੀ ਇਹਨਾਂ ਦੀ ਫੈਮਿਲੀ ਦਾ ਪੂਰੀ ਟੀਮ ਦਾ ਬਹੁਤ ਸੋਹਣਾ ਸ਼ੋਅ ਆਰਗਨਾਈਜ਼ ਕੀਤਾ ਵੀ ਟੋਟਲੀ ਇੰਜੋਇਡ ਅਤੇ ਜਿਹੜਾ ਸਾਡਾ ਲੋਕਲ ਵਿਨੀਪੈਗ ਦਾ ਟੈਲੈਂਟ ਆ ਉਹਨੂੰ ਐਕਸਪਲੋਰ ਕਰਨ ਦੇ ਵਿੱਚ ਇਹਨਾਂ ਨੇ ਪੂਰਾ ਮਹੱਤਵਪੂਰਨ ਜਿਹੜਾ ਯੋਗਦਾਨ ਨਿਭਾਇਆ ਸੋ ਇਹ ਵਧਾਈ ਦੇ ਪਾਤਰ ਨੇ ਇਹਨਾਂ ਦੀ ਪੂਰੀ ਟੀਮ ਮੈਨੂੰ ਕੰਗਰੈਚੁਲੇਸ਼ਨ ਬੜੀ ਤੁਹਾਡੀ ਬੁਲੰਦ ਆਵਾਜ਼ ਔਰ ਤੁਸੀਂ ਸਾਰਿਆਂ ਨੂੰ ਐਂਟਰਟੇਨ ਕੀਤਾ ਬੜਾ ਅੱਛਾ ਲੱਗਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ